ਕੀ ਸਾਹਮਣੇ ਆਇਆ ਜਿਹੜਾ ਐਕਸੀਡੈਂਟ ਹੋਇਆ ਇਹ? ਇੱਕ ਸਾਡੇ ਸਬ ਇੰਸਪੈਕਟਰ ਸਾਹਿਬ ਐਸ ਆਈ ਅੰਮ੍ਰਿਤਪਾਲ ਸਿੰਘ ਜੋ ਫਗਵਾੜੇ ਵੱਲੋਂ ਜਲੰਧਰ ਨੂੰ ਜਾ ਰਿਹਾ ਸੀ, 9 ਵਜੇ ਮੈਨੂੰ ਕੰਟਰੋਲ ਰੂਮ ਚੰਡੀਗੜ੍ਹ ਤੋਂ ਫੋਨ ਸਿਵਲ ਹੋਇਆ ਤਾਂ ਵੀ ਐਕਸੀਡੈਂਟ ਹੋ ਗਿਆ ਤੁਹਾਡੇ ਹੋਂਡਾ ਏਜੰਸੀ ਦੇ ਸਾਹਮਣੇ। ਪਰ ਇਹ ਏਰੀਆ ਸਤਨਾਮਪੁਰ ਥਾਣੇ 'ਚ ਪੈਂਦਾ, ਫਿਰ ਵੀ ਮੌਕੇ 'ਤੇ ਪਹੁੰਚ ਕੇ ਉਹਨਾਂ ਦਾ ਜ਼ਰੂਰੀ ਸਮਾਨ ਗੱਡੀ 'ਚੋਂ ਰਿਸੀਵ ਕਰ ਲਿਆ ਤਾਂ ਉਹਨਾਂ ਦੀ ਜਾਨ ਬਚ ਗਈ ਹੈ, ਠੀਕ ਠਾਕ ਨੇ। ਠੀਕ ਆ, ਕੋਈ ਇਹ ਸਾਹਮਣੇ ਆਇਆ ਵੀ ਐਕਸੀਡੈਂਟ ਦਾ ਕਾਰਨ ਕੀ ਆਇਆ? ਮੈਨੂੰ ਦੱਸਣ ਮੁਤਾਬਕ ਇਹ ਗੱਡੀ ਟਿੱਪਰ ਦੇ ਪਿੱਛੇ ਵੱਜੀ ਆ। ਹੁਣ ਤਾਂ ਸਬ ਇੰਸਪੈਕਟਰ ਸਾਹਿਬ ਠੀਕ ਨੇ, ਅੰਮ੍ਰਿਤਪਾਲ ਸਿੰਘ ਜੀ ਉਹ ਦੱਸ ਸਕਦੇ ਆ ਮੌਕੇ 'ਤੇ ਉਹਨਾਂ ਨਾਲ ਕੀ ਮਿਸਹੈਪਨਿੰਗ ਹੋਈ ਆ। ਅਤੇ ਕੀ ਕਾਰਵਾਈ ਹੁਣ ਤੱਕ ਫਿਲਹਾਲ? ਹੁਣ ਮੌਕੇ 'ਤੇ ਜਾ ਕੇ ਉਹਨਾਂ ਦਾ ਹੋਸਪਿਟਲ ਪਤਾ ਲੈਂਦੇ ਹਾਂ ਜੀ, ਉਹਨਾਂ ਦਾ ਬਿਆਨ ਦਰਜ ਕਰਕੇ ਫਿਰ ਜੋ ਬਣਦੀ ਕਾਰਵਾਈ ਕਰਦੇ ਹਾਂ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਪੰਡਿਤ ਹੇਮਰਾਜ ਸ਼ਾਸਤਰੀ ਜੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। ਪੰਡਿਤ ਹੇਮਰਾਜ ਸ਼ਾਸਤਰੀ ਜੀ, ਮੋਬਾਈਲ ਨੰਬਰ 8968886952, 8968891 5